ਇਹ ਮੈਨੂੰ ਐਂ ਲੱਗਦਾ ਵੀ ਮੈਨੂੰ ਚਿੱਤਰ ਨੀਂਦੀ ਦੀ 6 ਗੋਲਗੱਪੇ ਖਾ ਲਏ 56 ਸੈਕਿੰਡ ਵਿੱਚ। ਹੈਲੋ ਗਾਈਜ਼, ਵੈਲਕਮ ਟੂ ਮਾਈ ਯੂਟਿਊਬ ਚੈਨਲ, ਤੁਹਾਡਾ ਸਾਰਿਆਂ ਦਾ ਸਿੱਖ ਵਲੌਗ 'ਤੇ ਸਵਾਗਤ ਹੈ। ਆਸਾ ਕਰਦੇ ਕਿ ਸਾਰੇ ਘੈਂਟ ਹੋਣਗੇ, ਸਵਸਥ ਹੋਣਗੇ, ਮੌਜੇ 'ਚ ਹੋਣਗੇ। ਔਰ ਰੁਕ ਜਾਓ, ਅੱਜ ਦਾ ਚੈਲੰਜ ਕਰਨ ਲੱਗੇ ਹਾਂ, ਗੋਲਗੱਪਿਆਂ ਦਾ ਚੈਲੰਜ। ਆ ਵੇਖ ਲਓ, ਆਪਾਂ ਪੂਰੇ 60 ਗੋਲਗੱਪੇ ਬਣਾਏ ਹੈ ਅਤੇ ਜਿਹਦੇ ਵਿੱਚ ਕੋਈ ਪਾਪੜੀਆਂ ਵੀ ਹੈਗੀਆਂ, ਵੇਖ ਲਓ ਇੱਦਾਂ ਦੀਆਂ। ਅਤੇ ਆਪਾਂ ਨਾਲ ਹੈਗਾ ਜੀ ਆਲੂ ਅਤੇ ਗੰਢੇ ਅਤੇ ਨਮਕ ਮਸਾਲਾ ਇੱਦਾਂ ਦਾ ਪਾ ਕੇ, ਨਮਕ ਅਤੇ ਮਿਰਚ ਪਾ ਕੇ ਮਸਾਲਾ ਬਣਾਇਆ। ਜਿਹੜਾ ਆਏਗਾ ਮਿੱਠਾ ਪਾਣੀ ਅਤੇ ਆਏਗਾ ਜੀ ਨਮਕੀਨ ਪਾਣੀ। ਅਤੇ ਹੁਣ ਆਪਾਂ ਇਹਦੇ ਵਿੱਚ ਚੈਲੰਜ ਵੀਡੀਓ ਕਰਨ ਲੱਗੇ ਹਾਂ। ਆਪਾਂ ਟਾਈਮਿੰਗ ਰੱਖਾਂਗੇ 1 ਮਿੰਟ ਦੀ, 1 ਮਿੰਟ ਵਿੱਚ ਕਿਹੜਾ ਜ਼ਿਆਦਾ ਗੋਲਗੱਪੇ ਖਾਂਦਾ, ਇਹ ਟਾਈਮਿੰਗ ਰੱਖਾਂਗੇ। ਹੁਣ ਦੱਸੋ ਪਹਿਲਾਂ ਕਿਹੜਾ ਕਰੇਗਾ? ਇਕੱਠੇ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਚਲੋ ਮੈਂ ਪਹਿਲਾਂ ਕਰ ਲਓ ਕਿਹੜਾ ਕਰਦਾ। ਅਤੇ ਆਲੂ ਆਪਾਂ ਇਹਦੇ 5 'ਤੇ ਕਰਦੇ ਹਾਂ। 5 ਤਾਂ ਜ਼ਿਆਦਾ ਹੋ ਗਏ ਨਾ। ਲਓ ਜੀ 5, ਆਹੋ ਜਿੰਨੇ ਮਰਜ਼ੀ ਖਾਵੇ, 1 ਮਿੰਟ ਦਾ, 1 ਮਿੰਟ ਦਾ ਟਾਈਮ ਹੈ। 5 ਗੋਲਗੱਪੇ ਹੈ ਅਤੇ ਮਸਾਲਾ ਅਤੇ ਮਿੱਠਾ ਅਤੇ ਨਮਕੀਨ ਪਾਣੀ, ਜੋ ਮਰਜ਼ੀ ਰਹੇ ਮਰਜ਼ੀ। ਆਪਾਂ ਹੁਣ ਟਾਈਮਿੰਗ ਲਾ ਦਿੰਦੇ ਹਾਂ, ਟਾਈਮਿੰਗ ਚਾਲੂ ਕਰਦੇ ਹਾਂ। ਆਹ ਦੇਖ ਲਓ ਟਾਈਮਿੰਗ ਕੱਢ ਲਈ ਆਪਾਂ, ਪੂਰੇ 0-0 'ਤੇ। ਨਾ ਨਾ ਤੋੜ ਕੇ ਨਹੀਂ ਰੱਖਣੇ, 1, 2, 3 ਸਟਾਰਟ। ਲਓ ਜੀ, ਉਹ ਤੇਰੀ ਮਰਜ਼ੀ ਹੈ ਟੁੱਟਣ ਨਾ ਟੁੱਟਣ। ਇਹ 6 ਸਕਿੰਟ ਹੋ ਗਏ, ਜਲਦੀ ਕਰ, ਜਲਦੀ ਹਰਾਉਣਾ ਹੈ ਤੂੰ, ਹਾਰਨਾ ਨਹੀਂ ਹੈ, ਜਲਦੀ ਕਰ। ਫੁਰਤੀ ਫੁਰਤੀ ਹਾਲੇ ਵੇਖੋ, ਇਹਨੂੰ ਕਹਿੰਦੇ ਆ ਵੀ ਆਉਂਦੇ ਨੇ ਪਹਿਲਾਂ ਖੇਡਣ ਤੋਂ ਪਹਿਲਾਂ ਹੀ ਹਾਰ ਗਈ, ਇੱਦਾਂ ਥੋੜ੍ਹੀ ਆਉਂਦਾ ਹੁੰਦਾ। ਮਿੱਠਾ ਪਾਣੀ ਲੈਣਾ ਤਾਂ ਮਿੱਠਾ ਲੈ ਸਕਦੀ ਹੈ, ਨਮਕੀਨ ਲੈਣਾ ਤਾਂ ਆਹ ਨਮਕੀਨ ਪਿਆ। ਮੈਨੂੰ ਲੱਗਦਾ ਵੀ ਇਹ ਦੋਨੇ ਮਿੱਠੇ ਵਾਲੇ ਹੀ ਹੈ, ਨਮਕੀਨ ਮੈਨੂੰ ਹੀ ਪੀਣਾ ਪੈਣਾ। ਜਿਹੜਾ 1 ਟੋਪੀਆ ਬਣਾਇਆ, 1 ਗੋਲਗੱਪਾ ਖਾਧਾ ਇਹਨੇ 26 ਮਿੰਟਾਂ 'ਚ, 25 ਮਿੰਟਾਂ 'ਚ ਫੁਰਤੀ ਨਾ ਮਾਰ, ਸੈਕਿੰਡਾਂ 'ਚ 33 ਸੈਕਿੰਡ ਹੋ ਗਏ ਹੈ, 35 ਸੈਕਿੰਡ 36 ਸੈਕਿੰਡ ਅਤੇ ਕਿੰਨੇ ਖਾ ਜੂਗੀ? 2 ਗੋਲਗੱਪੇ ਖਾ ਲਏ ਹੈ, ਅਜੇ 20 ਸੈਕਿੰਡ ਪਏ ਹੈ, 15 ਸੈਕਿੰਡ ਪਏ ਹੈ, 5 ਤਾਂ ਆਹ ਖਾ ਸਕਦੀ ਹੈ, 10 ਸੈਕਿੰਡ ਰਹਿ ਗਏ। ਜਲਦੀ ਕਰ, ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਜਲਦੀ ਕਰੋ, ਜਲਦੀ ਕਰ, ਜਲਦੀ ਕਰ। ਪੂਰਾ 1 ਮਿੰਟ ਹੋ ਗਿਆ, 1 ਮਿੰਟ ਵਿੱਚ 3 ਗੋਲਗੱਪੇ ਖਾਧੇ ਆ, 4ਥਾ ਗੋਲਗੱਪਾ ਤੋੜਿਆ, ਉਹਦੇ ਵਿੱਚ ਆਲੂ ਭਰਿਆ। ਹੁਣ ਤੂੰ ਚੁੱਕ ਲੈ, ਕਿੰਨੇ 5 ਇਹਦੇ ਵਿੱਚ ਹੀ ਪਾ ਲੈ। ਲਓ ਜੀ 4, ਵੇਖੀ ਇੱਕਾਂ ਵੇਖਿਓ, ਚੀਟਿੰਗ। ਚੱਲ ਕੋਈ ਨਹੀਂ, ਤੇਰੀ ਮਰਜ਼ੀ, ਜਿਹੜਾ ਮਰਜ਼ੀ, ਛੋਟਾ ਵੱਡਾ ਜਿਹੜਾ ਮਰਜ਼ੀ ਰੱਖ ਲਓ। ਲਓ ਜੀ ਆਪਾਂ ਰੀਫਰੈਸ਼ ਕਰਤਾ, ਹੁਣ ਆਪਾਂ ਟਾਈਮਿੰਗ ਚਾਲੂ ਕਰਦੇ, 1, 2, 3 ਸਟਾਰਟ ਕਰਤਾ। ਹੁਣ ਆਪਾਂ ਵੇਖਦੇ ਹਾਂ ਵੀ ਇਹ ਕਿੰਨੇ ਖਾ ਸਕਦੀ ਹੈ। ਜੇ ਤਾਂ 3 ਤੂੰ ਜ਼ਿਆਦਾ ਖਾ ਗਈ, ਫਿਰ ਇਹਦਾ ਮਤਲਬ ਵੀ ਇਹ ਮਨਪ੍ਰੀਤ ਤੂੰ, ਇਹਦੀ ਭਾਬੀ ਤੂੰ ਜਿੱਤ ਜੂਗੀ। 1 ਗੋਲਗੱਪਾ ਖਾ ਲਿਆ ਨੇ, 10 ਸਕਿੰਟ ਵਿੱਚ 1 ਗੋਲਗੱਪਾ ਖਾਧਾ, ਉਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਹ 6 ਗੋਲਗੱਪੇ ਖਾ ਸਕਦੀ ਹੈ। 18 ਸਕਿੰਟ ਵਿੱਚ 2 ਗੋਲਗੱਪੇ ਖਾ ਲਏ ਹੈ, ਹੁਣ ਵੇਖਦੇ ਹਾਂ ਵੀ 3ਜਾ ਗੋਲਗੱਪਾ। 3 ਜੇ ਇਹਨੇ 3 ਪ੍ਰੋਪਰ ਖਾ ਲਏ, ਉਸ ਤੋਂ ਬਾਅਦ 4 ਗੋਲਗੱਪੇ ਖਾ ਲਏ ਤਾਂ ਇਸ ਤੋਂ ਅੱਗੇ ਚੱਲੇਗੀ। 3 ਗੋਲਗੱਪੇ ਖਾ ਲਿਆ 30 ਸਕਿੰਟ ਵਿੱਚ, ਬਹੁਤ ਫਾਸਟ ਚੱਲ ਰਹੀ ਹੈ ਇਸ ਟਾਈਮ, ਪੂਰੀ ਫਾਸਟ ਹੈ, ਉਸ ਤੋਂ ਫਾਸਟ ਹੈ। ਲਓ ਜੀ 40 ਸਕਿੰਟਾਂ ਵਿੱਚ 4 ਗੋਲਗੱਪੇ,
ਹੋਰ ਰੱਖਦੇ ਨੇ ਆ ਆਪਾਂ, ਹੋਰ ਰੱਖਦੇ ਨੇ, ਦੋ ਗੋਲ ਗੱਪੇ ਹੋਰ ਰੱਖਣ ਲੱਗੇ ਹਾਂ, ਦੋ ਹੋਰ ਰੱਖਦੇ ਆ ਅਤੇ ਆਹ ਹੋ ਗਏ ਪੰਜ ਗੋਲ ਗੱਪੇ ਖਾ ਲਏ 50 ਸਕਿੰਟਾਂ ਵਿੱਚ, ਪੰਜ ਗੋਲ ਗੱਪੇ ਹੋ ਗਏ, ਆਹ 6ਵਾਂ ਗੋਲ ਗੱਪਾ ਹੈ। ਇਹ ਮੈਨੂੰ ਐਂ ਲੱਗਦਾ ਵੀ ਮੈਨੂੰ ਚਿੱਤਰ ਨਹੀਂ ਦਿੰਦੀ, 6 ਗੋਲ ਗੱਪੇ ਖਾ ਲਏ 56 ਸਕਿੰਟ ਵਿੱਚ, 57, 58, 59, 60 ਬਸ ਇੱਦਾਂ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ, 5 ਕਿੰਨੇ 6 ਗੋਲ ਗੱਪੇ, 6 ਗੋਲ ਗੱਪੇ ਖਾ ਲਏ 1 ਮਿੰਟ ਵਿੱਚ। ਹੁਣ ਆ ਗਈ ਮੇਰੀ ਵਾਰੀ, ਹੁਣ ਜਿਹੜੇ ਮਰਜ਼ੀ ਚੁਣ ਕੇ ਦੇ ਦਿਓ ਬਈ ਮੈਨੂੰ। ਲਓ ਜੀ ਆਪਾਂ ਵੀ ਆਪਾਂ ਚੁਣ ਲੈਂਦੇ ਹਾਂ, ਪਲੇਟ 'ਚ ਪਾ ਲਿਆ 2, 3, 4 ਅਤੇ ਆਹ ਲਓ ਜੀ 5, ਆਹ ਲਓ 5 ਗੋਲ ਗੱਪੇ ਖਾ ਲਏ, ਪਾ ਲਏ ਅਤੇ ਟਾਈਮਿੰਗ, ਹਾਂ ਟਾਈਮਿੰਗ ਰੱਖ ਦਿੰਦੇ ਹਾਂ ਆਪਾਂ। ਲਓ ਜੀ ਟਾਈਮਿੰਗ ਚਾਲੂ ਕਰ ਲਈ ਤੂੰ, 1, 2, 3 ਸਾਰਾ ਵਿੱਚ ਖਾਣਾ ਹੈ, ਮਸਾਲਾ ਵੀ, ਮਸਾਲਾ ਵੀ ਇਹਨਾਂ ਦੀ ਪਾਣ ਗਵਾਉਣਾ, ਮੈਂ ਤਾਂ ਮੜਮੜ ਪਾ ਖਾਦਾ। 26 ਵਿੱਚ 3 ਬਸ ਕਰ, ਕਿੰਨੇ ਹੋ ਗਏ, ਸਾਰਾ ਖਾਣਾ ਵਿੱਚ ਪੀਆ ਜਿਹੜਾ ਹੈ। ਲੈ 1 ਮਿੰਟ 6, 6 7 ਮੈਂ 2 ਚੱਕੇ ਆ, 2 ਖਾਦੋ ਲੈ, 2 ਚੱਕੇ ਆ ਮੈਂ, 7 ਖਾ ਲੈ, ਸਾਰਿਆਂ ਤੋਂ ਵਿਨਰ ਆ, ਇਹ ਵਿਨਰ ਇਹ ਵਿਨਰ ਤੋੜ ਤੋੜ ਕੇ ਖਾਦੇ ਹੀ ਮੈਂ, ਦੇਖ ਲੋ ਸਹੀ ਸਹੀ ਤੋੜ ਦੇ ਨਾ, ਕਿੰਨੀ ਕੋਲੀ ਦੋ ਨਾ, ਨਾ ਨਾ ਆਪ ਇੰਨੇ ਖਾਣ ਦੇ ਨਹੀਂ, ਕੀ ਕਰੇ, ਸਹੀ ਸਹੀ ਤੋੜਨੇ ਹੋ ਜਮ, ਚਲੋ ਹੁਣ ਪਤਾ ਲਾ ਜਾਣਾ, ਤਿੰਨੇ ਲਾਣੇ ਆ ਜੋ, ਇੰਨੇ ਗੋਲ ਲੈਣੇ, ਕੋਈ 5-5 ਗੋਲ ਗੱਪੇ ਲਾ ਲੋ, ਤਿੰਨੇ ਆ ਜੋ, ਰੇਟ ਦੇਖਾ ਆਪਾਂ ਦੋਨੇ ਲਾਣੇ, ਚਲੋ ਚੱਲ ਸਿੱਧਾ ਹੀ ਹੈਗਾ ਵੀ ਜਿਹੜਾ ਸਭ ਤੋਂ ਪਹਿਲਾਂ ਖਾਂਦਾ 5, ਹੈਂ ਟਾਈਮਿੰਗ ਕੋਈ ਨਹੀਂ ਆ, 5 ਗੋਲ ਗੱਪੇ ਮੇਰੇ ਕੋਲ, ਉਹ ਤੋੜ ਲਿਆ, ਤੋੜਾ ਹੀ ਕੋਈ ਨਹੀਂ, ਚੱਲ 5 ਹੋ ਗਏ, ਵਿਖਾ ਵੀ ਤੋੜ ਰੱਖਿਆ ਨੇ, 1, 2, 3 ਸਟਾਰਟ, ਤੁਸੀਂ ਮਸਾਲਾ ਤਾਂ ਮੇਰੇ ਜੋ ਕੁਛ ਛੱਡ ਦੇ ਵਿਆ, ਲੜਦੇ ਲੜਦੇ ਖਾ ਜਾਣਗੇ, ਜਿੱਤ ਗਈ ਬਈ, ਇਹਨਾਂ ਮੈਨੂੰ ਗੱਲਾਂ ਲਾ ਲਿਆ, ਤਾਂ ਜਿੱਤੀ ਹੁਣ 5 ਤੂੰ ਜਿੱਤ ਗਈ, ਪਹਿਲਾਂ ਮੈਂ ਖਾਦਮ ਨੇ ਬਾਅਦ ਇਹਨੇ ਆਉਣਾ 5 ਖਾਦਮ ਤੋਂ, ਉਹ ਬਰਾਬਰ ਹੀ ਹੋ ਗਿਆ।
ਕਿੱਦਾਂ ਲੱਗ ਗਿਆ ਅੱਜ ਦਾ ਵਲੋਗ? ਕਿੱਦਾਂ ਦਾ ਲੱਗਿਆ ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੱਦਾਂ ਦੀ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈੱਲ ਆਈਕਨ 'ਤੇ ਪ੍ਰੈਸ ਕਰ ਦਿਓ ਜੋ ਕਿ ਆਪਣੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚ ਸਕਣ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਤੇ। ਆਪਣਾ ਅਤੇ ਆਪਣੇ ਪਰਿਵਾਰ ਦਾ ਰੱਖਿਓ ਖਿਆਲ। ਹਾਂ ਸੱਚੀ ਧਿਆਨ ਰੱਖਿਓ, ਆਪਣੀ ਵੀਡੀਓ ਆ ਰਹੀ ਹੈ ਕਿਹੜੀ, ਜਿਹੜੀ ਸ਼ਮਸ਼ਾਨ ਘਾਟ ਦੀ ਰਾਤ ਦੀ ਵੀਡੀਓ ਆ ਰਹੀ ਹੈ, ਜ਼ਰੂਰ ਵੇਖਿਓ ਤੁਸੀਂ, ਜਲਦੀ ਆਊਗੀ। ਆਪਣੇ ਚੈਨਲ 'ਤੇ ਬਣੇ ਰਹੋ। ਓਕੇ।